ਦੇ ਪ੍ਰਾਇਮਰੀ ਸਕੂਲ ਗਿਆ ਮੈਂ ਆਫਿਸ ਚੌਥੀ ਮਾਦ ਦੇ ਵਿੱਚ ਤੇ ਉੱਥੇ ਮਾਸਟਰ ਜਿਹੜ ਨੇ ਉਹ ਲੈਸਨ ਦੇਣਾ ਉਹਨਾਂ ਨੇ ਲੇਕਿਨ ਉਹ ਗੱਲਬਾਤ ਜਿਹੜੀ ਕਿ ਪੰਜਾਬੀ ਚ ਕਰਨੀ ਜੇ ਕੋਈ ਚੀਜ਼ ਸਮਝਾਣੀ ਤੇ ਪੰਜਾਬੀ ਸਮਝਾਣੀ ਜੇ ਕੋਈ ਕੰਮ ਦੇਣਾ ਤੁਹਾਨੂੰ ਤੁਸੀਂ ਕਰ ਰਹੇ ਹੋ ਕੰਮ ਤੇ ਉਹਨਾਂ ਨੇ ਆਪਣੇ ਚੈੱਕ ਕਰ ਰਹੇ ਕੀ ਕਰ ਰਹੇ ਨੇ ਤੇ ਉਹਨੇ ਆ ਕੇ ਪੰਜਾਬੀ ਚ ਗੱਲ ਕਰਨੀ ਮੈਂ 10ਵੀਂ ਜਿਹੜੀ ਸੈਂਟਰਲ ਮਾਡਲ ਸਕੂਲ ਤੋਂ ਇਸੇ ਪਾਰਟਿਸ਼ਨ ਤੋਂ ਪਹਿਲੇ ਕਰ ਲਈ ਸੀ ਤੇ ਜੂਨ ਸਾਲ 47 ਸਾਡਾ ਨਤੀਜਾ ਆ ਗਿਆ ਸੀ ਚੌਥੀ ਜਮਾਤ ਵਿੱਚ ਮੈਂ ਸਕਾਲਰਸ਼ਿਪ ਮਿਲਿਆ ਸੀ ਮੈਨੂੰ ਡਿਸਟ੍ਰਿਕਟ ਬੋਰਡ ਦਾ ਹਾਉਸ ਸਾੜਾ ਸਕੂਲ ਦੇ ਵਿੱਚ ਦੋ ਮੁੰਡਿਆਂ ਨੂੰ ਮਿਲਿਆ ਇੱਕ ਮਰਾ ਹਿੰਦੂ ਸੀ ਦੋਸਤ ਰਵਿਕ ਮੋਹਨ ਕ੍ਰਿਸ਼ਨ ਉਹਨੂੰ ਤੇ ਇੱਕ ਮੈਨੂੰ ਤੇ ਉਹ ਬੜੀ ਗੱਲ ਸੀ ਕਿ ਇੱਕੋ ਸਕੂਲ ਦੇ ਦੋ ਮੁੰਡਿਆਂ ਨੂੰ ਸਕਾਲਰਸ਼ਿਪ ਮਿਲ ਗਿਆ ਅਸਸਲਾਮੁਅਲੈਕ ਅਕਮਲ ਸ਼ਾਹਜ਼ਾਦ ਕੁਮਨ ਤੁਹਾਡੀ ਖਿਦਮਤ ਵਿੱਚ ਹਾਜ਼ਰ ਹੈ ਅੱਜ ਅਸੀਂ ਇੱਕ ਬੜੀ ਮਹਾਨ ਸ਼ਖਸੀਅਤ ਦੇ ਕੋਲ حاضر ਹੋਏ ਹਾਂ ਇਹਨਾਂ ਦੀ ਸ਼ਖਸੀਅਤ ਦੇ ਕਈ ਪਹਿਲੂ ਨੇ ਸਭ ਤੋਂ ਵੱਡੀ ਗੱਲ ਤੇ ਇਹ ਵੇ ਕਿ ਇਹ ਪੰਜਾਬੀ ਜ਼ੁਬਾਨ ਪੰਜਾਬ ਨਾਲ ਔਰ ਪੰਜਾਬ ਦੇ ਵਸੀਆਂ ਨਾਲ ਮੁਹੱਬਤ ਕਰਨ ਵਾਲੇ ਜੀ ਨੇ ਇਹਦਾ ਮਤਲਬ ਹੈ ਨਹੀਂ ਕਿ ਕੋ ਦੂਜਿਆਂ ਨਾਲ ਨਫ਼ਰਤ ਕਰਦੇ ਨੇ ਦੂਜਿਆਂ ਵੀ ਸਾਰੇ ਲੋਕਾਂ ਨਾਲ ਮੁਹੱਬਤ ਕਰਦੇ ਨੇ ਲੇਕਿਨ ਖਾਸ ਤੌਰ ਤੇ ਇਹਨਾਂ ਨੂੰ ਆਪਣੇ ਪੰਜਾਬੀ ਹੋਣ ਤੇ ਬੜਾ ਮਾਣ ਹੈ ਬੜਾ ਗਰਭ ਹੈ ਔਰ ਇਹ ਵੀ ਨਹੀਂ ਕਿ ਕੋਈ ਉਹ ਪੜੇ ਲਿਖੇ ਨਹੀਂ ਉਹਨਾਂ ਨੂੰ ਉਰਦੂ ਅੰਗਰੇਜ਼ੀ ਹਰ ਮਾਮਲੇ ਦੇ ਵਿੱਚ ਦਸਰਸ ਹਾਸਲ ਹੈ ਔਰ ਉਹਨਾਂ ਆਪਣੀ ਅਮਲੀ ਸਲਾਹਤਾਂ ਦੇ ਨਾਲ ਨਾ ਸਿਰਫ ਬਿਊਰੋਕ੍ਰੈਟਿਕ ਲਾਈਫ ਦੇ ਵਿੱਚ ਔਰ ਆਪਣੀ ਜ਼ਾਤੀ ਜ਼ਿੰਦਗੀ ਦੇ ਵਿੱਚ ਔਰ ਆਪਣੇ ਬੱਚਿਆਂ ਨੂੰ ਪੜ੍ਹਾਉਣ ਦੇ ਹਵਾਲੇ ਨਾਲ ਉਹਨਾਂ ਹਰ ਹਵਾਲੇ ਨਾਲ ਆਪਣਾ ਆਪ ਜਿਹੜਾ ਉਹ ਮਨਵਾਇਆ ਤੇ ਮੈਨੂੰ ਇਹ ਵੀ ਮਾਨੇ ਕਿ ਇਹ ਸਾਡੇ ਅੱਗੇ ਸੰਤਸੀ ਇਹਨਾਂ ਦੇ ਪਿੱਛੇ ਪਿੱਛੇ ਉਸੇ ਇਲਾਕੇ ਤੋਂ 21 ਲੱਖੇ ਤੋਂ تعلق ਰੱਖਦੇ ਆ ਤੇ ਮੈਂ ਬਾਕੀ ਕੰਲਾ ਉਹਨਾਂ ਦੇ ਨਾਲ ਕਰਨਾ ਹੈ। ਅਸਲਾਮੁਅਲੈਕਮ ਜੀ ਮਸਾਦ। ਵਾਲੇਕੁਮ ਸਲਾਮ। ਖਾਲਦ ਜੀਮਾ ਸਾਹਿਬ ਜਿਹੜੇ ਨੇ ਇਹਨਾਂ ਦਾ ਬੁਨਿਆਦੀ ਤੌਰ ਤੇ ਜਿਹੜਾ ਪਿੰਡ ਏ ਉਪਪਾਲਵਾਲਾ ਤੇ ਜਿਹੜਾ ਇੱਕ ਬੜਾ ਵੱਡਾ ਕਸਬਾ ਸਾਲਕੋਟ ਦਾ ਤੇ ਚੀ ਮਸ ਬਾਕੀ ਗੱਲਾਂ ਤੁਸੀਂ ਆਪ ਦੱਸੋ ਉਹ ਤੁਹਾਡੇ ਜਿਹੜੇ ਵਾਲਦ ਸਾਬ ਸਨ ਉਹ ਜੱਜ ਸਨ ਉਸ ਵੇਲੇ ਜੀ ਜੀ ਜੋ ਇਹ ਵੀ ਉਹਨਾਂ ਦੀਆਂ ਗੱਲਾਂ ਪਿੰਡ ਦੇ ਵਿੱਚ ਮਸ਼ਹੂਰ ਮੇਰੇ ਵਾਲਦ ਸਾਬ ਜਿਹੜੇ ਨੇ ਉਹ ਪੀਸੀਐਸ ਸਣ ਪੰਜਾਬ ਸਿਵਲ ਸਰਵਿਸ ਦੇ ਵਿੱਚ ਸਣ ਜੋ ਮੈਜਿਸਟਰੇਟ ਰਹੇ ਨੇ ਤੇ ਮੇਰੇ ਦਾਦਾ ਜਿਹੜੇ ਨੇ ਉਹ ਜੱਜ ਮਸ਼ਹੂਰ ਸਣ ਜੀ 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 ਇੱਕ ਵਾਰੀ ਮੈਂ ਪਿੰਡ ਗਿਆ ਰਾ ਲੰਗਦਾ ਆ ਤੇ ਉਹ ਨਕਸ਼ਾ ਬਦਲਿਆ ਸੀ ਕੋਈ ਨਵੀਆਂ ਚੀਜ਼ਾਂ ਬਣ ਗਈਆਂ ਸਣ ਕਿ ਮੈਂ ਰਾਹ ਤੇ ਲਾਦਾ ਸ ਆਪਣੇ ਮਹਾਲੇ ਨੂੰ ਇੱਕ ਮੁੰਡੇ ਨੂੰ ਪੁੱਛਿਆ ਮੈਂ ਕਿ ਜੱਜਾਂ ਦੇ ਮਹਾਲੇ ਨੂੰ ਰਾਹ ਇਹ ਜਾਂਦਾ ਉਹਨੇ ਕਿ ਆਹੋ ਰਾਹ ਤੇ ਹੀ ਜਾਂਦਾ ਪਰ ਜੱਜ ਤੇ ਇੱਥੇ ਕੋਈ ਨਹੀਂ ਜੁੱਦ ਸਾਰੇ ਲਾਹੌਰ ਨੇ ਬਿਲਕੁਲ ਸਹੀ ਉਹ ਮੇਰੇ ਦਾਦੇ ਦਾ ਨਾਂ ਪੈ ਗਿਆ ਸੀ ਜੱਜ ਉਹ ਇਸ ਤਰ੍ਹਾਂ ਪੈ ਗਿਆ ਕਿ ਨਾਲ ਦੇ ਪਿੰਡ ਦੇ ਵਿੱਚ ਉਹ ਜ਼ੈਲ ਉੱਥੇ ਹੁੰਦੀ ਸੀ ਜਿਹਾ ਕਿ ਇੱਕ ਪਿੰਡ ਹੁੰਦਾ ਸੀ ਉੱਥੋਂ ਦੇ ਸਿੱਖ ਜ਼ੈਲਦਾਰ ਹੁੰਦੇ ਸਨ ਤੇ ਉੱਥੇ ਕੋ ਅਫਸਰ ਆਇਆ ਸੀ ਦੌਰੇ ਤੇ ਡੀਸੀ ਆਇਆ ਸੀ ਕੋਈ ਆਇਆ ਸੀ ਤੇ ਉਹਨੇ ਜ਼ੇਲਦਾਰ ਨੇ ਖਾਣਾ ਦਿੱਤਾ ਉਹਦਾ ਤੇ ਉਹਨੇ ਅਦਰ ਉਦਰ ਦੇ ਚੌਧਰ ਨੂੰ ਬੁਲਾਇਆ ਤੇ ਡੀਸੀ ਵੀ ਆ ਗਿਆ ਹੋਰ ਲੋਕ ਵੀ ਆ ਗਏ ਤੇ ਕਿਸੇ ਨੇ ਕਿਹਾ ਸਰਦਾਰ ਜੀ ਰੋਟੀ ਲਵਾਓ ਉਹਨੇ ਕਿਹਾ ਹਣੇ ਚੌਧਰੀ ਹੋਰੋਦਾ ਦਾ ਹੁੰਦਾ ਤੇ ਲਵਾਨੇ ਆ ਤੇ ਉਹ ਗੱਲ ਪਸੰਦ ਨਾ ਆਈ ਡਿਪਟੀ ਕਮਿਸ਼ਨਰ ਨੂੰ ਉਹਨੇ ਕਿਹਾ ਮੌਲਵਾਨਾ ਦਾ ਕੋਈ ਜੱਜ ਹੈ ਇਹ ਉਸ ਵੇਲੇ ਦੀ ਗੱਲ ਜੋ ਜੱਜਾਂ ਦੀ ਬੜੀ ਸੇਤ ਹੁੰਦੀ ਸੀ ਜਿਸ ਸਮਾਣੇ ਅੰਗਰੇਜ਼ੀ ਦਾ ਮਹੌਲ ਰਿਹਾ ਨੇ ਐਸ ਸੋਬਰ ਐਸ ਜੱਜ ਐਸ ਵਾਈਜ਼ ਐਸ ਜੱਜ ਤੇ ਉਹ ਲੋਕਾਂ ਦੇ ਵਿੱਚ ਵੀ ਜੱਜਾਂ ਦਾ ਨਾਂ ਜਿਹੜਾ ਬੜੀ ਇੱਜ਼ਤ ਨਾਲ ਲਿਆ ਜਾਂਦਾ ਸੀ ਤੇ ਜੱਜ ਜਿਹੜਾ ਬੜਾ ਵੱਡਾ ਉਹ ਲਗੜਿਆ ਜਾਂਦਾ ਸੀ ਤੇ ਉਹਨੇ ਕਿਹਾ ਇਹ ਮਹੌਦਾਤ ਕਰਨ ਕੋਈ ਜੱਜ ਉਹਨੇ ਕਿਹਾ ਇਸ ਇੱਕ ਖੇਲਦਾਰ ਜਿਹੜਾ ਸੀ ਉਹਨੇ ਕਿਹਾ ਜੀ ਕਿ ਉਹਨੇ ਆ ਜਾਂਦਾ ਤੇ ਤੁਸੀਂ ਵੇਖ ਲੈਣਾ ਤੇ ਚੋੜੀ ਮਹੌਦਾਤ ਆ ਗਿਆ ਤੇ ਉਹਨਾਂ ਨੇ ਇੱਕ ਕਿਸੇ ਦੇ ਨਾਲ ਉਹਨੂੰ ਬੁਾਇਆ ਤੇ ਚਿਰਟਾ ਨਾਲ ਪੜਸੀ ਤੇ ਗੱਲਾਂ ਬਹੁਤਾਂ ਕੀਤੀਆਂ ਤੇ ਉਹਨੇ ਕਿਹਾ ਡਿਪਟੀ ਕਮਿਸ਼ਨਰ ਆ ਕਿ ਤੂੰ ਤੇ ਵਾਕਈ ਜੱਜ ਏ ਤੈਨੂੰ ਮੈਂ অলਰਡੀ ਮੈਜਿਸਟਰੇਟ ਬਣਾਉਣਾ ਉਹਨੇ ਕਿਹਾ ਨਹੀਂ ਮੇਰੇ ਵਾਸਤੇ ਗੱਲ ਨਹੀਂ ਮੈਂ بڑا ਆਰਾਮ ਤਲਬ ਆਦਮੀ ਆ ਤੇ ਇੰਜ ਹੀ ਰਹਿਣ ਦੇ ਬਾਅਦ ਠੀਕ ਜਿਸਮਾ ਚੱਲਣਾ ਪਿਆ ਤੇ ਉਹ ਨਾਂ ਉਹਨਾਂ ਦਾ ਜੱਜ ਪੈ ਗਿਆ ਹਾਲੇ ਦਾ ਨਾਂ ਵੀ ਜੱਜ ਪੈ ਗਿਆ ਸਾਨੂੰ ਵੀ ਲੋਕੀ ਜਾਜੀ ਆਂਦੇ ਹੁੰਦੇ ਸਨ ਬਿਲਕੁਲ ਸਹੀ ਤੇ ਮੇਰੇ ਅੱਬਾ ਜੀ ਬਾਅਦ ਵਿੱਚ ਫਿਰ ਮੈਜਿਸਟਰੇਟ ਨੇ ਕਿਹਾ ਫਿਰ ਆਵਾਂ ਤੇ ਤੇ ਫਿਰ ਮੈਂ ਵੀ ਤਕਰੀਬਨ ਉਸ ਕਿਸਮ ਦਾ ਕੰਮ ਕੀਤਾ ਹੈ ਮੈਜਿਸਟ੍ਰੇਟਰੀ ਸੈਸ਼ਨ ਜੱਜੀ ਵਗੈਰਾ ਵਗੈਰਾ ਤੇ ਇਸ ਤਰ੍ਹਾਂ ਨਾਲ ਚੱਲਿਆ ਸੀ ਉਹ ਚੀਮਾ ਸਭ ਅੱਗੇ ਵੀ ਸ਼ਾਇਦ ਮੈਂ ਟੈਲੀਫੋਨ ਤੇ ਤੁਹਾਨੂੰ ਇਹ ਗੱਲ ਸੁਣਾਈ ਸੀ ਉਹ ਬਾਰੀ ਚੀਮਾ ਇੱਕ ਬੜਾ ਜ਼ਾਲਮ ਕਿਰਦਾਰ ਸੀ ਬਦੋਕੇ ਚੀਮਿਆਂ ਦਾ ਬਦੋਕੇ ਚੀਮਿਆਂ ਦਾ ਤੇ ਉਹ ਇਸ ਤਰ੍ਹਾਂ ਸੀ ਕਿ ਕਿਸੇ ਬੰਦੇ ਨੂੰ ਆਪਣੇ ਉਹ ਵਹਿਲੀ ਦੇ ਅਗੋਂ ਦੀ ਟਾਂਗੇ ਦੇ ਉੱਤੇ ਬੈੱਕ ਨਹੀਂ ਸੀ ਜਾਣ ਦਿੰਦਾ ਜਾ ਸਾਈਕਲ ਉਤੇ ਸਵਾਰ ਹੋ ਕੇ ਟੇਬ ਤੇ ਉਤੇ ਟਰੈਕਟਰ ਤੇ ਟੇਬ ਨਹੀਂ ਸੀ ਕਿਸ ਨੂੰ ਚਲਾਣ ਦਿੰਦਾ ਤੇ ਉਹ ਬਰਹਿਲ ਤਸ਼ੱਦਦ ਵੀ ਕਰਦਾ ਸੀ ਲੋਕਾਂ ਦੇ ਉਹ ਕਿਤੇ ਇਲੈਕਸ਼ਨ ਤੇ ਖਲੋ ਗਿਆ ਤੇ ਉਹ ਪਿੰਡ ਆਇਆ ਤੇ ਉਹ ਤੁਹਾਡੇ ਵੱਲ ਸਾਬ ਨੂੰ ਮਿਲਿਆ ਤੇ ਕਹਿੰਦਾ ਜੀ ਮੈਂ ਇਲੈਕਸ਼ਨ ਤੇ ਖਲੋਤਾ ਤੇ ਮੈਨੂੰ ਵੋਟ ਪਾੜਾ ਮੈਨੂੰ ਵੋਟ ਦੇਣਾ ਚਾਹੀਦਾ ਜੀ ਤੁਸੀਂ ਉਹਨੇ ਕਿਹਾ ਨਹੀਂ ਮੈਂ ਵੋਟ ਗੱਡਰ ਚ ਪਾ ਦਿਆ ਤੈਨੂੰ ਮੈਂ ਵੋਟ ਨਹੀਂ ਦੇਣਾ ਜੋ ਉਹ ਅਗੋਂ ਘਬਰਾ ਗਿਆ ਤੇ ਕਹਿੰਦਾ ਪੁੱਪੀ ਜੀ ਦਾ ਕੀ ਹਾਲ ਹੈ ਉਹਨੇ ਕਿਹਾ ਚਲ ਕੰਮ ਕਰ ਜਾਗੇ ਤੋ ਮਤਲਬ ਕਹਿਨ ਦਾ ਮਤਲਬ ਕਿ ਇਨੀ ਸਟ੍ਰੇਟ ਫਾਰਵਰਡ ਔਰ ਅਪਰਾਈਟ ਤੇ ਕਿਹਾ ਸਰ ਤੁਸੀਂ ਆਪਣੀ ਇbtedਾਈ ਜ਼ਿੰਦਗੀ ਬਾਰੇ ਜ਼ਰਾ ਸਾਨੂੰ ਦੱਸੋ ਨਹਿਰਾ ਜੀ ਜਨਮ ਸੇ ਹਲਕੋੜ ਦਾ ਨਾਲਕੇ ਘਰ ਦਾ ਤੇ ਫਿਰ ਮੈਂ ਪੜਨਾ ਵੀ ਉੱਥੇ ਸਿਆਲਕੋਠੀ ਪਿਆ ਚੌਥੀ ਜਮਾਤ ਮੈਂ ਉਥੋਂ ਕੀਤੀ ਪਹਿਲੇ ਲੇਡੀ ਐਂਡਰਸਨ ਸਕੂਲ ਸੀ ਤਰੇ ਜਮਾਤਾਂ ਚ ਪੜੀਆਂ ਫਿਰ ਇੱਕ ਮੁੰਡਿਆਂ ਦਾ ਸਕੂਲ ਸੀ ਮਿਊਨਿਸਪਲ ਪ੍ਰਾਇਮਰੀ ਸਕੂਲ ਧਰੋਵਾਗ ਉਥੇ ਨੇੜੇ ਸੀ ਚੌਥੀੋਂ ਤੋਂ ਕੀਤੀ ਤੇ ਫਿਰ ਮੈਂ ਪੰਜਵੀਂ ਜੀ ਦਾਖਲ ਹੋ ਗਿਆ ਸਿਆਲਕੋਟ گورਨਮੈਂਟ ਸਕੂਲ ਦੇ ਵਿੱਚ ਸੀ ਤੇ ਫਿਰ ਮੇਰੇ ਮਾਪੇ ਤੇ ਲਾਹੌਰ ਹੁੰਦੇ ਸਨ ਤੇ ਉਹ ਫਿਰ ਮੈਨੂੰ ਲਾਹੌਰ ਲੈ ਗਏ ਤੇ ਸੈਂਟਰਲ ਮਾਡਲ ਸਕੂਲ ਦੇ ਵਿੱਚ ਮੈਂ ਦਾਖਲ ਹੋ ਗਿਆ ਤੇ ਫਿਰ ਮੈਂ 10ਵੀਂ ਜਿਹੜੀ ਸੈਂਟਰਲ ਮਾਡਲ ਸਕੂਲ ਤੋਂ ਕੀਤੀ ਪਾਰਟਿਸ਼ਨ ਤੋਂ ਪਹਿਲੀ ਕਰ ਲਈ ਸੀ ਤੇ ਜੂਨ ਸਾਲ 47 ਸਾਡਾ ਨਤੀਜਾ ਆ ਗਿਆ ਸੀ ਤੇ ਸਿਆਲਕੋਟ ਕੁਝ ਮੀਜਾਦ ਚੌਥੀ ਜਮਾਤ ਵਿੱਚ ਮੈਂ ਸਕਾਲਰਸ਼ਿਪ ਮਿਲਿਆ ਸੀ ਮੈਨੂੰ ਡਿਸਟ੍ਰਿਕਟ ਬੋਰਡ ਦਾ ਹਾਉ ਸਾਡੇ ਸਕੂਲ ਦੇ ਵਿੱਚ ਦੋ ਬੁੜਿਆਂ ਨੂੰ ਮਿਲਿਆ ਇੱਕ ਮੇਰਾ ਹਿੰਦੂ ਸੀ ਦੋਸਤ ਰਵਿਕ ਮੋਹਨ ਕ੍ਰਿਸ਼ਨ ਉਹਨੂੰ ਤੇ ਇੱਕ ਮੈਨੂੰ ਤੇ ਉਹ ਬੜੀ ਗੱਲ ਸੀ ਕਿ ਇੱਕੋ ਸਕੂਲ ਦੇ ਦੋ ਬੁੜਿਆਂ ਨੂੰ ਸਕਾਲਰਸ਼ਿਪ ਮਿਲ ਗਿਆ ਤੇ ਲੇਡੀ ਐਂਡਰਸਨ ਤੇ ਜਿਮਸਬ ਕੁੜੀਆਂ ਦਾ ਸਕੂਲ ਨਹੀਂ ਸੀ ਲੇਡੀ ਐਂਡਰਸਨ ਸਕੂਲ ਜਿਹੜਾ ਵੇ ਉਹ ਗਵਰਨਮੈਂਟ ਸਕੂਲ ਸੀ ਕੁੜੀਆਂ ਦਾ ਹਾਈ ਸਕੂਲ ਸੀ ਲੇਕਿਨ ਉੱਥੇ ਜਿਹੜੇ ਸਨ ਪਹਿਲੀਆਂ ਚਾਰ ਜਮਾਤਾਂ ਉਹ ਜਿਹੜੇ ਮੁੰਡੇ ਵੀ ਹੁੰਦੇ ਸਨ ਕੋ ਐਜੂਕੇਸ਼ਨਲ ਸਿਊਰ ਤੱਕ ਤੇ ਤ੍ਰੈਜ ਮਾਦਮ ਉਥੋਂ ਕੀਤੀਆਂ ਤੇ ਉਹਦੇ ਬਾਅਦ ਫਿਰ ਉਹਦੇ ਨੜੇ ਸੀ ਕੋਈ ਕਿ ਸਾਡੇ ਘਰ ਚ ਚਲੀ ਤੇ ਲੇਡੀ ਐਡਰਸਨ ਦੇ ਰਾਹ ਦੇ ਵਿੱਚ ਇੱਕ ਤਰ੍ਹਾਂ ਦਾ ਲਾਉਂਦਾ ਸੀ ਸਕੂਲ ਜਿਹੜਾ ਉਥੇ ਫਿਰ ਲਾਹ ਲੋ ਕੇ ਮੈਂ ਇਹ ਲਾਮਾ ਇਕਬਾਲ ਦੇ ਘਰ ਦੇ ਨੇੜੇ ਸਕੂਲ ਹੈ ਮੈਂ ਜੀ ਲਾਮਾ ਇਕਬਾਲ ਦਾ ਘਰ ਦੇ ਵੇਖਿਆ ਅੱਛਾ ਅੱਛਾ ਤੇ ਜੀ ਮੈਂ ਸਭ ਕਿਸ ਸੰਦਰਭ ਵਿੱਚ ਤੁਸੀਂ ਦੁਨੀਆ ਦੇ ਵਿੱਚ ਤਸ਼ੀਫ ਲਿਆਏ ਮੇਰੀ ਜੀ ਸਨ 32 ਦਾ ਜਨਮ ਹੈ ਅੱਛਾ 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 ਹੁਣ ਮਾਸ਼ਾਅੱਲਾ 88 ਸਾਲਾਂ ਦੇ ਹੋ ਗਏ 88 ਸਾਲ ਉੱਤੇ ਕੋ 3 ਮਹੀਨੇ 4 ਮਹੀਨੇ ਹੋ ਗਿਆ ਬਿਲਕੁਲ ਸਹੀ ਤੇ ਚਿਮਾ ਸਾਹਿਬ ਉਸ ਵੇਲੇ ਜਿਹੜਾ 1932 ਜਾਂ ਤੁਸੀਂ ਜ਼ਾਹਰ 5 ਕੁ ਸਾਲ ਦੇ ਬਾਅਦ ਯਾਨੀ 1940 ਤੋਂ 47 ਤੱਕ ਤਾਂ ਬਿਲਕੁਲ ਤੁਹਾਨੂੰ ਉਸ ਜ਼ਮਾਨੇ ਦੀ ਹੋਸ਼ ਹੈ ਨਾ ਤੇ ਉਸ ਜ਼ਮਾਨੇ 'ਚ ਜਿਹੜੀ ਮਜ਼ਬੀ ਹਮ ਹਮ ਅੰਗੀ ਸੀ ਜਾਂ ਸ਼ਾਲਕੋਟ ਦਾ ਉਸ ਵੇਲੇ ਦਾ ਕਲਚਰ ਕੀ ਸੀ ਸਰ ਕੋਈ ਡਾਂਗ ਸੋਟਾ ਨਹੀਂ ਸੀ ਹਿੰਦੂ-ਮਿਸਰਾਣ ਸਿੱਖ-ਵਿਸਰਾਣ ਮੇਰੇ ਤੋਂ ਬਚਾ ਹੁੰਦਾ ਸਾਂ ਲੇਕਿਨ ਸਾਡੇ ਘਰੋਂ ਦਾ ਹੁਣ ਜਾਣ ਸੀ ਮੇਰਾ ਜਿਹੜਾ ਦੋਸਤ ਸੀ ਰਵੀਮੋਹਨ ਕਿਸ਼ਨ ਇਹ ਇੱਕ ਇਹ ਵਾਰੀ ਸਾਡੇ ਘਰ ਦੇ ਪੰਡਤ ਕਸ਼ਮੀਰੀ ਪੰਡਤ ਇਹਨੇ ਕਦੀ ਮੇਰੇ ਘਰ ਆ ਜਾਣਾ ਸਾਡੀ ਨਾਨੀ ਨੇ ਰੋਟੀ ਉਹਨੂੰ ਵੀ ਖਵਾਣੀ ਮੈਨੂੰ ਵੀ ਖਵਾਣੀ ਤੇ ਮੇਰੀ ਮਾਸੀ ਵੱਡੀ ਜਿਹਨਾਂ ਨੇ ਮੈਨੂੰ ਯਾਨੀ ਪੜਾਇਆ ਉਹ ਪੜਾਉਂਦੇ ਸਨ ਉੱਥੇ ਜਿਹੜਿਆ ਸਕੂਲ ਦੇ ਵਿੱਚ ਹੀ ਉਹਨਾਂ ਦੇ ਐ ਮਿਲਣ ਵਾਲੇ ਫਿਰ ਸਾਡੇ ਨੂੰ ਵੀ ਬੀਬੀਆਂ ਸੜ ਉਹ ਵੀ ਸੈੱਟ ਕਰਾਈਆਂ ਰਹੰਦੀਆਂ ਨਹੀਂ ਆ ਸਾਡੇ ਨਾਲ ਪਿੰਡ ਗਈਆਂ ਉਥੇ ਰਹੀਆਂ ਫਿਰ ਲੋਰ ਸਾਡੇ ਘਰ ਨੂੰ ਨਾਪਿਆਂ ਦੇ ਕਰਦੇ ਸੀ ਉਹ ਇੱਕ ਬੀਬੀ ਆਉਂਦੀ ਰਹੀ ਇੱਕ ਮੇਰੀ ਮੋਰ ਖੱਲਾਸਣ ਉਹ ਦਿਹਾੜੀ ਸਦਾਰ ਦਾ ਇੱਕ ਮਾਤਨਕ ਪਾਸ ਸੀ ਗਰੇਜ਼ ਦੇ ਜ਼ਮਾਨੇ 'ਚ ਉਥੇ ਕੰਮ ਕਰਦੇ ਸਨ ਤੇ ਉਹਨਾਂ ਦੇ ਨਾਲ ਇੱਕ ਉਹਨਾਂ ਦੀ ਸਹੇਲੀ ਸੀ ਕੋਲੀਗ ਵੀ ਸੀ ਸਿੱਖਣੀ ਸੀ ਉਹ ਜਦੋਂ ਲੋਰ ਆ ਰਿਹਾ ਸੈੱਟ ਕਰ ਰਿਆਂ ਦੀ ਸੀ ਇਹ ਸਾਡੀ ਮਾਸੀ ਨਾਮ ਹੀ ਹੁੰਦਾ ਆ ਵੀ ਸਾਡ ਕਰ ਰਹੇ ਹੁੰਦੀ ਸੀ ਬਿਲਕੁਲ ਸਹੀ ਇੱਕ ਮੇਰੇ ਅਬਾਈ ਦਾ ਕੋਲੀਗ ਸੀ ਪੀਸੀਐਸ ਅਫਸਰ ਵਰਮਾ ਵਰਮਾ ਸਾਹਿਬ ਦਾਦਾ ਗਾਂਝਬਖਸ਼ ਦੇ murid ਸਨ ਉਹਨਾਂ ਸਾਲ ਦੇ ਜੇ ਇੱਕ ਵਾਰੀ ਜ਼ਰੂਰ ਹੋਣਾ ਦਾਦਾ ਗਾਂਝਬਖਸ਼ ਆਜ਼ਰੀ ਦੇਣ ਤੇ ਰਹਿੰਦੇ ਸਾਡ ਕਰ ਸਨ ਤੂੰ ਉਹ ਕਿੱਥੋਂ ਹੁੰਦੇ ਸਨ ਜਿੱਥੇ ਕਿਤੇ ਵੀ ਲੱਗੇ ਹੋ ਅੱਛਾ ਅੱਛਾ ਸਰਕਾਰੀ ਮੁਲਾਜ਼ਮ ਸੀ ਪੀਸੀਐਸ ਅਫਸਰ ਸਨ ਅੱਛਾ ਅੱਛਾ ਰਜਿਸਟਰਡ ਸਨ ਮੇਰੇ ਅਬਾਈ ਦੇ ਕੋਲੀਗ ਸਨ ਮੋਲਪੁਰ ਰੋਡ ਤੇ ਸਾਡਾ ਘਰ ਸੀ ਤੇ ਅੱਧੇ ਪੋਰਸ਼ਨ ਚੱਸੀ ਸਾਥ ਅੱਧੇ ਦੇ ਵਿੱਚ ਇੱਕ ਪੁਲਿਸ ਅਫਸਰ ਹੁੰਦਾ ਸੀ ਭਗਵਾਨ ਸਿੰਘ ਭਗਵਾਨ ਸਿੰਘ ਦਾ ਡਰਾਈਵਰ ਵੀ ਮੁਸਲਮਾਨ ਸੀ ਉਹਦਾ ਕੁੱਕ ਵੀ ਮੁਸਲਮਾਨ ਸੀ ਤੇ ਜਿਵੇਂ ਸਭ ਉਸ ਵੇਲੇ ਜਿੱਥੇ ਸਿਆਲਕੋਟ ਲੈਡੀ ਐਂਡਰਸਨ ਦਾ ਤੁਸੀਂ ਦੱਸ ਰਹੇ ਹੋ ਉਹਦੇ ਆਲਦ ਵਾਲੇ ਉਸ ਵੇਲੇ ਖੇਰਸ਼ੀਤ ਸਨ ਪੈਲੀਆਂ ਸਨ ਨਹੀਂ ਇਹ ਸ਼ਹਿਰੀ ਇਲਾਕਾ ਸੀ ਸਾਰਾ ਅੱਛਾ ਅੱਛਾ ਹਾਂ ਬਿਲਟ-ਅਪ ਸੀ ਪੈੜੀਆਂ ਸ਼ੜੀਆਂ ਨਹੀਂ ਸਨ ਫਿਰ ਥੋੜਾ ਬਾਹਰ ਨਿਕਲੋ ਤੇ ਫਿਰ ਪਾਲੀ ਪਹਿਲੀ ਐਸਣ ਐ ਕਾਲੇ ਪਾਸੇ ਜਾਓ ਜਾਂ ਦੂਜੇ ਪਾਸੇ ਜਾਓ ਡਸਕੇ ਵਾਲੀ ਸੜਕ ਤੇ ਜਾਓ ਜਾਂ ਕਿਸੇ ਪਾਸੇ ਜਾਓ ਪਸਰੂ ਵਾਲੀ ਸੜਕ ਤੇ ਉੱਥੇ ਤੇ ਫਿਰ ਪਿੰਡੋਂ ਨਿਕਲ ਕੇ ਪੈੜੀਆਂ ਛੜੀਆਂ ਹੁੰਦੀਆਂ ਸਣ ਤੇ ਜਿਸ ਇਲਾਕੇ ਦੇ ਵਿੱਚ ਮੈਂ ਰਹਿੰਦਾ ਸਾਂ ਜਾਂ ਜਿੱਥੇ ਮੈਂ ਜਾਂਦਾ ਹੁੰਦਾ ਸਾਂ ਉੱਥੇ ਪੈੜੀਆਂ ਕੋਈ ਨਹੀਂ ਸਣ ਤੇ ਉਸ ਵੇਲੇ ਦਾ ਤਾਲੀਮੀ ਨਿਜ਼ਾਮ ਜਾਂ ਟੀਚਰਸ ਜਾਂ ਸਟੂਡੈਂਟਸ ਕਿਵੇਂ ਸਨ ਤਾਲੀਮੀ ਨਿਜ਼ਾਮ ਜਿਹੜਾ ਮਤਲਬ ਹੈ ਉਹ ਵੀਰੇ ਮਾਪੇ ਇਨਸਟਰਕਸ਼ਨ ਜਿਹੜਾ ਵੇ ਉਹ ਸਕੂਲਾਂ ਦੇ ਵਿੱਚ ਉਰਦੂ ਸੀ ਤੇ ਘਰਾਂ ਦੇ ਵਿੱਚ ਅਸੀਂ ਪੰਜਾਬੀ ਬੋਲਦੇ ਸਾਂ ਤੇ ਇਹੋ ਹੀ ਸਿਸਟਮ ਸੀ ਸਾਰੇ ਇੱਕ ਤਰ੍ਹਾਂ ਦੇ ਪੰਜਾਬੀ ਬੋਲਦੇ ਹੁੰਦੇ ਸਨ ਬਿਲਕੁਲ ਸਹੀ ਤੇ ਪ੍ਰਾਇਮਰੀ ਸਕੂਲ ਗਿਆਮਾ ਉਥੇ ਜੋਤੀ ਮਾਦ ਦੇ ਵਿੱਚ ਤੇ ਉਥੇ ਮਾਸਟਰ ਜਿਹੜੇ ਨੇ ਉਹ ਲੈਸਨ ਦੇਣਾ ਉਹਨਾਂ ਨੇ ਲੇਕਿਨ ਉਹ ਗੱਲਬਾਤ ਇਹਦੀ ਕਿ ਪੰਜਾਬੀ ਵਿੱਚ ਕਰਨੀ ਜੇ ਕੋਈ ਚੀਜ਼ ਸਮਝਾਣੀ ਤੇ ਪੰਜਾਬੀ ਸਮਝਾਣੀ ਇਹ ਕੋ ਕਾਮੰਦਰ ਨਾਲ ਤੁਹਾਨੂੰ ਤੁਸੀਂ ਕਰ ਰਹੇ ਹੋ ਕੰਮ ਤੇ ਉਹਨਾਂ ਨੇ ਆਪਣੇ ਚੈੱਕ ਕਰ ਰਹੇ ਕਿ ਕੀ ਕਰ ਰਹੇ ਨੇ ਤੇ ਉਹਨੇ ਆ ਕੇ ਪੰਜਾਬੀ ਚ ਗੱਲ ਕਰਨੀ ਬਲਕਿ ਇਥੋਂ ਤੱਕ ਕਿ ਸੈਂਟਰਲ ਮਾਡਲ ਸਕੂਲ ਸਾਹ ਤੇ ਉੱਥੇ 10ਵੀਂ ਜਮਾਤ ਦੇ ਵਿਦਿਆਰਥੀ ਸਾਡੇ ਟੀਚਰ ਇੰਜਾਸ਼ ਸ਼ੰਗਲਾ ਵਾਲਾ ਸ੍ਰੀ ਰਾਮ ਬੜੇ ਅੱਛੇ ਟੀਚਰ ਸਨ ਅੰਗਰੇਜ਼ੀ ਪੜ੍ਹਾਉਂਦੇ ਸਨ ਫਸਟ ਕਲਾਸ ਐਮ ਇੰਗਲਿਸ਼ ਸਾਡ ਆਪਣੇ ਜ਼ਮਾਨੇ ਦੇ ਅੰਗਰੇਜ਼ੀ ਪੜ੍ਹਾਉਂਦੇ ਸਨ ਤੇ ਮੈਥਮੈਟਿਕਸ ਪੜ੍ਹਾਉਂਦੇ ਸਨ ਉਹਨਾਂ ਨੇ ਸਵਾਲ ਦੇਣਾ ਜਾਂ ਕੋਈ ਚੀਜ਼ ਜਿਹੜੀ ਸਮਰੀ ਅਸਾਂ ਕਰਨੀ ਹੈ ਜਾਂ ਉਹਨਾਂ ਨੇ ਕਿਹਾ ਕਿ ਸਾਨੂੰ ਕੋਈ ਕੰਪੋਜੀਸ਼ਨ ਲਿਖਣੀ ਹੈ ਸਾਰੇ ਮੁੰਡੇ ਆਪਣਾ ਕੰਮ ਕਰ ਰਹੇ ਨੇ ਤੇ ਉਹਨਾਂ ਕਲਾਸ ਦੇ ਵਿੱਚ ਚੱਕਰ ਲਾਣਾ ਵੇਖਣਾ ਵੀ ਕੀ ਪਿਆ ਕਰਦਾ ਤੇ ਜਦੋਂ ਤੁਹਾਡੇ ਕੋਲ ਆਉਂਦੇ ਸਨ ਤਾਂ ਗੱਲ ਪੰਜਾਬੀ ਚ ਹੀ ਕਰਦੇ ਸਨ ਤੇ ਉਹ ਵੀ ਕਈ ਮਾਸਟਰ ਸਨ ਜਿਹੜੇ ਇਹ ਜਿਹੜੀ ਫालतू ਗੱਲ ਏ ਉਹ ਪੰਜਾਬੀ ਚ ਕਰਦੇ ਸਨ